असी पहुंचे अज फिरोजपुर के दाणा मंडी के जिथे किसान मजदूर संघर्ष कमेटी वालों महा रैली की जा रही है। तुहानू महा रैली दीआं तस्वीरां विखाउणे आ ते सतनाम सिंह पन्नू जो इस कमेटी के पंजाब प्रधान ने उन्हां नाल ते उन्हां दे नाल मैंबर ते प्रधानां नाल गलबात कराउणे आ। 5 तरीक नूं 5 अप्रैल नूं दिल्ली दे बॉर्डर नूं वीरा कत्त के तुर पैणा, उत्थे 15 दे ला के तुरना, पंचायतां मते पाउण, बड़ी वारी आपां गलियां बणाईआं, बड़ी वारी आपां इट्टां पुट्टियां, फिर लाईआं नालियां बणीआं। आ जिहड़ी पंचायती बोली आ आईआं ने, इहदे विच्चों जिहड़े पैसे आ उहदा हक सूबा दिल्ली दा हाथे रख लईए, किराए किरूए हाथे पंचायतां मते पा देण, तुहाडे जिले दे अग्गे वी बैठे उत्थे आ फिर कहिआं तों बैठे आ, बडाले तों बैठे आ, लौकिआं तों बैठे, होर वी गए बहुत वड्डी गिणती 'च। ਉਹ ਬਹੁਤ ਦਸ ਦਸ ਦਿਨ ਲਾ ਹੁਣ ਕੋਈ ਦਸ ਦਿਨ ਔਖੇ ਨਹੀਂ, ਅਗਲੇ 10 ਆ ਜਾਣ, ਅਗਲੇ 10 ਦਿਨ ਇਹ ਤਰੀਕੇ ਨਾਲ ਟਰਾਲੀਆਂ ਉੱਥੇ ਡੱਕੀਆਂ ਰਹਿਣ, ਅਤੇ ਜਿਹੜੀਆਂ ਟਰਾਲੀਆਂ ਉਹਦੇ ਵਿੱਚੋਂ ਬੈਠੇ ਰਹਿਣ। ਜਿਹਦੀ ਟਰਾਲੀ ਆ, ਜਿਹੜੇ ਕਿਸਾਨ ਦੀਆਂ ਇੱਕ ਟਰਾਲੀਆਂ ਦੋ ਟਰਾਲੀਆਂ ਗਈਆਂ ਉਹ ਉੱਥੇ ਡਿੱਗਣ, ਉਹਦਾ ਕੰਮ ਜਿਹੜਾ ਪਿੰਡ ਕਰੇ ਉਹਦੇ ਪੱਠੇ ਬੀਜਣੇ ਆ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਮਨਦੀਪ ਕੌਰ ਮਰਖਾਈ, ਜਿਹੜੀ ਪੂਰੇ ਪੰਜਾਬ ਦੇ ਵਿੱਚ ਐਂਟੀ ਡਰੱਗ ਲੜ ਰਹੀ ਹਾਂ, ਕਿਸਾਨੀ ਮੁੱਦੇ 'ਤੇ ਲੜ ਰਹੀ ਹਾਂ। ਅੱਜ ਜਿਹੜੀ ਅਸੀਂ ਮਹਾਂ ਰੈਲੀ ਕੀਤੀ ਹੈ, ਇਹਦੇ ਵਿੱਚ ਅਸੀਂ ਹੁਕਮਰਾਨ ਸਰਕਾਰ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦੀ ਹਾਂ ਵੀ ਜੇ ਤੂੰ ਸਮਾਂ ਰਹਿੰਦਿਆਂ ਇਹ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਇਹਦੇ ਬਹੁਤ ਭਿਆਨਕ ਸਿੱਟੇ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ। 4 ਸੂਬਿਆਂ ਦੇ ਜਿਹੜੇ ਇਲੈਕਸ਼ਨ ਚੱਲ ਰਹੇ ਆ, ਉਹਨਾਂ ਇਲੈਕਸ਼ਨਾਂ ਦੇ ਵਿੱਚ ਅਸੀਂ ਤੁਹਾਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੁਹਾਡੇ ਇਸ ਤਾਨਾਸ਼ਾਹੀ ਰਵੱਈਏ ਦਾ, ਤੁਹਾਡੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆਲੀਕਾਰ ਬੰਦੇ ਬੈਠੇ ਆ, ਅਬਾਨੀ ਅਡਾਨੀ ਵਰਗੇ, ਨੀਰਜ ਮੋਦੀ ਵਰਗੇ ਜਾਂ ਬਾਬਾ ਰਾਮਦੇਵ ਵਰਗੇ, ਇਹਨਾਂ ਲੋਕਾਂ ਨੂੰ ਅਸੀਂ ਜਿਹੜਾ ਇਹਨਾਂ ਦੀ ਅਸੀਂ ਔਕਾਤ ਆ ਜਿਹੜੀ ਉਹ ਯਾਦ ਕਰਵਾ ਕੇ ਰਵਾਂ। ਫਿਰੋਜ਼ਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਫਿਰੋਜ਼ਪੁਰ ਦੇ ਵਿੱਚ ਮਹਾਂ ਰੈਲੀ ਕੀਤੀ ਜਾ ਰਹੀ ਆ, ਇਹ ਇਸ ਕਰਕੇ ਕੀਤੀ ਜਾ ਰਹੀ ਆ ਭਈ ਜਿਹੜੇ ਲੋਕ ਇੱਥੋਂ ਦੇ ਕੁਛ ਵਰਗ ਇਹੋ ਜਿਹੜੇ ਦਿੱਲੀ ਨਹੀਂ ਜਾ ਸਕੇ ਉਹਨਾਂ ਤੱਕ ਵੀ ਗੱਲ ਪਹੁੰਚਾਈ ਜਾਵੇ, ਅਤੇ ਲੰਮੇ ਚਿਰ ਤੋਂ ਸੰਘਰਸ਼ ਦੇ ਵਿੱਚ ਬੈਠੇ ਹੋਏ, ਜਦੋਂ ਤੋਂ ਅੱਜ ਤੋਂ 7-8 ਮਹੀਨੇ ਤੋਂ ਸੰਘਰਸ਼ ਚੱਲ ਰਿਹਾ, ਪਰ ਸਰਕਾਰ ਦੇ ਕੰਨਾਂ 'ਤੇ ਜੋ ਨਹੀਂ ਸਰਕ ਰਹੀ ਉਹਨੂੰ ਜਿਹੜੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਪੰਜਾਬ ਦੇ ਵਿੱਚ ਮਹਾਂ ਰੈਲੀਆਂ ਕੀਤੀਆਂ ਜਾ ਰਹੀਆਂ। ਤਰਨ ਤਾਰਨ ਦੇ ਵਿੱਚ ਜਲੰਧਰ ਕਪੂਰਥਲਾ ਸਟੋਟ ਕੁੱਲ ਮਿਲਾ ਕੇ ਸਾਰੇ ਪੰਜਾਬ ਦੇ ਵਿੱਚ ਮਹਾਂ ਰੈਲੀਆਂ ਕੀਤੀਆਂ ਜਾ ਰਹੀਆਂ। ਇੱਥੇ ਜਿਹੜੀ ਫਿਰੋਜ਼ਪੁਰ ਦੀ ਰੈਲੀ ਆ, ਇਹਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ, ਬਹੁਤ ਵੱਡਾ ਕਿਸਾਨਾਂ ਮਜ਼ਦੂਰਾਂ ਦਾ, ਆਮ ਹਰ ਵਰਗ ਦਾ, ਅਤੇ ਜਾਂ ਹੋਰ ਕੋਈ ਆਪਣੀਆਂ ਸਮਾਜ ਸੇਵਕ ਜਥੇਬੰਦੀਆਂ ਉਹ ਵੀ ਆ ਰਹੀਆਂ, ਅਤੇ ਇਹ ਇਸੇ ਕਰਕੇ ਕੀਤਾ ਜਾ ਰਿਹਾ ਵੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ। ਜਿਹੜੇ ਕਾਲੇ ਕਾਨੂੰਨ ਲਿਆਂਦੇ ਆ 3 ਭਾਰਤ ਸਰਕਾਰ ਨੇ, ਉਹਨਾਂ ਨੂੰ ਰੱਦ ਕਰਨਾ ਚਾਹੀਦਾ, ਜਿੰਨਾ ਚਿਰ ਮਰਜ਼ੀ ਲੱਗੇ ਪਰ ਅਖੀਰ ਨੂੰ ਇਹਨਾਂ ਨੂੰ ਰੱਦ ਕਰਨੇ ਪੈਣਗੇ। ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਨਹੀਂ ਵਿਕਣ ਵੇਚਣ ਦਿੱਤਾ ਜਾਊਗਾ, ਉਹਨਾਂ ਚਿਰ ਇਹ ਸੰਘਰਸ਼ ਤੇਜ਼ ਹੋਊਗਾ। ਫਿਰੋਜ਼ਪੁਰ ਦੀ ਜਿਹੜੀ ਰੈਲੀ ਆ ਇਸੇ ਕਰਕੇ ਕੀਤੀ ਜਾ ਰਹੀ ਆ ਵੀ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਅਤੇ ਦਿੱਲੀ ਨੂੰ ਹੋਰ ਵੱਡੇ ਪੱਧਰ 'ਤੇ ਘੇਰਿਆ ਜਾਵੇ। ਜਿਵੇਂ ਹੁਣ ਸਾਡਾ 5 ਅਪ੍ਰੈਲ ਨੂੰ ਦੂਸਰਾ ਜਥਾ ਜਾ ਰਿਹਾ, ਫਿਰ ਫਿਰੋਜ਼ਪੁਰ ਦਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਦੂਜਾ ਆਪਣਾ ਮੁਕਤਸਰ, ਇੱਥੋਂ ਬਹੁਤ ਵੱਡਾ ਜਥਾ ਜਾਊਗਾ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇੰਨਾ ਜਥਾ ਵੱਡਾ ਅਜੇ ਵੀ ਦਿੱਲੀ ਨੂੰ ਘੇਰ ਲਿਆ ਜਾਵੇ ਅਤੇ ਇਹਨਾਂ ਦੇ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾਵੇ। ਜੋ ਇਹ ਮਹਾਂਰੈਲੀ ਕੀਤੀ ਜਾ ਰਹੀ ਆ, ਇਹ ਦਿੱਲੀ ਮੋਰਚੇ ਨੂੰ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੀਤੀ ਜਾ ਰਹੀ ਆ। ਇਹਦੇ ਵਿੱਚ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਤੋਂ 11 ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਬੜੇ ਗੁੱਸੇ ਦੇ ਨਾਲ ਸਰਕਾਰ ਦੇ ਵਿਰੁੱਧ ਬੜੇ ਰੋਹ ਦੇ ਨਾਲ ਅਤੇ ਜੋਸ਼ ਨਾਲ ਸ਼ਾਮਿਲ ਹੋ ਰਹੇ ਆ, ਅਤੇ ਸਾਡੀ ਮੰਗ ਆ ਵੀ 3 ਖੇਤੀ ਦੇ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ, ਜਿਨ੍ਹਾਂ ਨਾਲ ਕਾਰਪੋਰੇਟ ਪਗੜਿਆ, ਕਾਰਪੋਰੇਟ ਡਾਨੀ ਬਾਨੀ ਆ, ਉਹਨਾਂ ਦੇ ਹਵਾਲੇ ਜ਼ਮੀਨ ਚੱਲ ਜਾਣੀ ਆ ਅਤੇ ਮੰਡੀਆਂ ਚੱਲ ਜਾਣੀਆਂ ਵਾ, ਮੰਡੀਆਂ ਦਾ ਪ੍ਰਬੰਧ ਟੁੱਟ ਜਾਣਾ, ਜਿਹਦੇ ਨਾਲ ਸਾਰਾ ਜਿਹੜਾ ਸਮਾਜਿਕ ਢਾਂਚਾ ਟੁੱਟ ਜਾਣਾ, ਪੂਰੀ ਤਰ੍ਹਾਂ ਜਿਹੜੀ ਆਰਥਿਕਤਾ ਵਾ ਉਹ ਤਬਾਹ ਹੋ ਜਾਣੀ ਆ। ਜਿਹੜੀਆਂ ਨਿੱਜੀ ਕਰਦੀਆਂ ਕਾਰਪੋਰੇਟ ਪੱਖੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ, ਜਿਹਦੇ ਨਾਲ ਡੀਜ਼ਲ ਪੈਟਰੋਲ ਦੇ ਰੇਟ ਵੱਧ ਰਹੇ ਆ, ਜਿਹਦੇ ਨਾਲ ਬੇਰੁਜ਼ਗਾਰੀ ਵੱਧ ਰਹੀ ਆ, ਦੇਸ਼ ਦੀ ਆਰਥਿਕ ਮਦਵਾੜਾ ਪੈ ਰਿਹਾ ਵਾ, ਉਹ ਨੀਤੀਆਂ ਸਾਰੀਆਂ ਰੱਦ ਕੀਤੀਆਂ ਜਾਣ, ਉਹ ਵੀ ਸਾਡੀ ਅੱਜ ਦੀ ਮੰਗ ਆ। ਅਤੇ ਇੱਕ ਮਨੁੱਖ ਪੱਖੀ, ਕੁਦਰਤ ਪੱਖੀ ਵਿਕਾਸ ਮਾਡਲ ਜਿਹੜਾ ਉਹ ਲਾਗੂ ਕੀਤਾ ਜਾਵੇ ਦੇਸ਼ 'ਚ, ਉਹ ਸਾਡੀ ਮੰਗ ਆ। ਅਤੇ ਜਿਹੜਾ
जिहड़ा भ्रिष्टाचार आ, जिहड़ा देश दे विच गदर पिया होया वा, जिहड़ी इकोनमी इन्नी डाउन जा रही आ, वह सारिया नीतियां जिहड़ियां मोदी सरकार रद्द करे। ये दे अंदोलन 21 सूबे में फैल चुका वा, बड़ी तेजी नाल दूजे सूबे दे विच फैल रहा, मोदी सरकार नू चारे बनो घेरा पै रहा वा, तो हर हालत जो कानून आ वह रद्द करने पैणगे। असीं 26 तरीक न 26 मार्च में भारत बंद जिहड़ा काल भारत बंद की काल दी काल दिती गई आ, उहदे तहत पंजाब बंद करांगे, कारोबार ठप्प रखांगे, रेलां दे सड़कां जाम करांगे, अपने अंदोलन नूं आउणे दिनां च होर तेज़ करांगे। अंदोलन लम्मा चलूगा पर जित तों बगैर अंदोलन नहीं मुड़ूगा।